ਕੈਨੇਡਾ ਦੇ ਬਾਰੇ ਗੱਲ ਕਰੀਏ ਹਨਾ ਤਾਂ ਕੈਨੇਡਾ ਟਾਈਮ ਟੂ ਟਾਈਮ ਆਪਣੇ ਰੂਲਸ ਚੇਂਜ ਕਰਦਾ ਰਹਿੰਦਾ ਕਿਉਂਕਿ ਕਾਫੀ ਸਟ੍ਰਿਕਟ ਹੈ ਕੈਨੇਡਾ ਆਪਣੇ ਰੂਲਸ ਨੂੰ ਲੈ ਕੇ ਰੂਲਸ ਚੇਂਜ ਹੋਏ ਨੇ 10 ਅਗਸਤ ਨੂੰ ਹੀ ਹੋਏ ਨੇ ਜੀ ਇਸ ਵਿੱਚ ਬਹੁਤ ਮਤਲਬ ਦੇਖਿਆ ਜਾਵੇ ਡਰਨ ਵਾਲੀ ਘਬਰਾਉਣ ਵਾਲੀ ਗੱਲ ਨਹੀਂ ਪੋਜ਼ਿਟਿਵ ਹੀ ਹੋਏ ਨੇ ਜਿਸ ਤਰ੍ਹਾਂ ਕੈਨੇਡਾ ਨੇ ਹੁਣ ਦੱਸਿਆ ਨਵੀਂ ਅਪਡੇਟਸ ਦਿੱਤੀਆਂ ਨੇ ਤਾਂ ਉਸ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਕਿ ਜੇ ਅੱਜ ਨਾ ਕੈਨੇਡਾ ਗਏ ਤਾਂ ਫਿਰ ਕਦੀ ਵੀ ਨਹੀਂ ਆਉਣਾ ਸਟੂਡੈਂਟਸ ਦੀ ਗੱਲ ਕੀਤੀ ਹੈ ਕਿ ਅਗਰ 5.5 ਵੀ ਕਿਸੇ ਦੇ ਵਿੱਚੋਂ ਇੱਕ ਮੋਡਿਊਲ ਦੇ ਵਿੱਚ ਉਹਨਾਂ ਦੇ ਰਹਿ ਜਾਂਦੇ ਆ ਤਾਂ ਉਹ ਅਪਲਾਈ ਕਰ ਸਕਦੇ ਇਸ ਚੀਜ਼ ਨੂੰ ਲੈ ਕੇ ਵੀ ਸਟੂਡੈਂਟਸ ਦੇ ਵਿੱਚ ਨਾ ਕਾਫੀ ਜ਼ਿਆਦਾ ਕਨਫਿਊਜ਼ਨ ਹੈਗੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਗਰ ਉਹ ਇਸ ਚੀਜ਼ ਨਾਲ ਅਪਲਾਈ ਕਰਨਗੇ ਤਾਂ ਰਿਸਕ ਹੈ ਫਾਈਲ ਦੇ ਉਹਨਾਂ ਨੇ ਕਲੀਅਰ ਕੱਟ ਲਿਖਿਆ ਕਿ ਸਾਨੂੰ ਆਇਲਸ 6 ਓਵਰਆਲ ਚਾਹੀਦੀ ਹੈ 6 ਓਵਰਆਲ ਕਿੱਦਾਂ ਬਣਦੀ ਹੈ ਅਗਰ ਇੱਕ ਚੋਂ ਜਾਂ ਦੋ ਚੋਂ ਤੁਹਾਡੇ 5.5 ਹੈ ਤਾਂ ਵੀ ਓਵਰਆਲ ਬਣਦੇ ਆ ਜਿੱਦਾਂ ਕਿ ਪਹਿਲਾਂ ਇਸ ਤਰ੍ਹਾਂ ਓਵਰਆਲ ਤੇ ਵੀਜ਼ਾ ਆਉਂਦਾ ਸੀ ਸੇਮ ਉਹ ਸਿਸਟਮ ਦੁਬਾਰਾ ਹੋ ਗਿਆ USA ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕਨਫਿਊਜ਼ਨਸ ਬਣੀਆਂ ਰਹਿੰਦੀਆਂ ਦਿਮਾਗ ਦੇ ਵਿੱਚ ਕਿ ਉੱਥੇ ਦਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਅਗਰ USA ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ ਵੀਜ਼ਾ ਚਾਂਸਸ ਹੁੰਦੇ ਆ ਔਰ ਕੀ ਰਿਕੁਆਇਰਮੈਂਟਸ ਕੀ ਹੈ ਸਰ USA ਦੀ ਆਪਾਂ ਗੱਲ ਕਰੀਏ ਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ USA ਦੀ ਫਾਈਲਿੰਗ ਕਰਨ ਵਾਲੇ ਕੰਸਲਟੈਂਟਸ ਬਹੁਤ ਘੱਟ ਨੇ ਹਾਂਜੀ ਠੀਕ ਹੈ ਸਾਰੇ ਕਹਿੰਦੇ ਆ ਕਿ ਅਸੀਂ USA ਕਰਦੇ ਹਾਂ ਪਹਿਲੀ ਗੱਲ ਤਾਂ ਉਹਨਾਂ ਕੋਲ ਡਾਇਰੈਕਟ ਯੂਨੀਵਰਸਿਟੀ USA ਦੀਆਂ ਨਹੀਂ ਹੁੰਦੀਆਂ ਅਲੱਗ ਏਜੰਟ ਹੈ ਉਹ ਆਪਣੇ ਤਰੀਕੇ ਦੇ ਨਾਲ ਦੱਸਦੇ ਤਾਂ ਫੰਡਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੀ ਕਲੈਰਿਟੀ ਇਸ 'ਤੇ ਹੈਗੀ ਹੈ ਕਿ ਕਿੰਨੇ ਕੁ ਫੰਡਸ ਹੁੰਦੇ ਸ਼ੋਅ ਕਰਨਾ ਇਹ ਵੋਲੀਅਮ ਕਿੰਨੀ ਹੋਣੀ ਚਾਹੀਦੀ ਹੈ ਵੋਲੀਅਮ ਅਪਰੋਕਸ ਇਹਦੀ ਜਿਹੜੀ ਹੈਗੀ ਆ 28 to 32 lakh ਰੁਪਏ ਦੇ ਵਿੱਚ ਆਫਟਰ ਪਲੱਸ ਟੂ ਲੋਡ ਪੈਂਦੀ ਹੈ ਫੰਡਸ ਦੀ ਯੈਸ ਬਾਈਡਨ ਸਰਕਾਰ ਨੇ ਇਸ ਵਾਰੀ ਜੋ ਟਾਰਗੇਟ ਲੈ ਕੇ ਚੱਲ ਰਹੇ ਆ 2023 ਦੀ ਗੱਲ ਕਰਾਂ ਤਾਂ ਤਕਰੀਬਨ ਇਹਨਾਂ ਨੇ 10 lakh ਸਟੂਡੈਂਟਸ ਇੰਡੀਆ ਤੋਂ ਬੁਲਾਉਣ ਦਾ ਇਹਨਾਂ ਦਾ ਟਾਰਗੇਟ ਹੈਗਾ ਸਤਿ ਸ਼੍ਰੀ ਅਕਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਹਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਵੀਜ਼ਾ ਰਿਲੇਟਡ ਗੱਲਬਾਤ ਕਰਦੇ ਹਾਂ ਵੀਜ਼ਾ ਦੇ ਨਾਲ ਰਿਲੇਟਡ ਹਰ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਜੋ ਤੁਹਾਡੇ ਲਈ ਬੈਨੀਫਿਸ਼ੀਅਲ ਸਾਬਤ ਹੁੰਦੀ ਹੈ ਚਾਹੇ ਉਹ ਰੂਲਸ ਨੂੰ ਚੇਂਜ ਹੋਇਆ ਨੂੰ ਲੈ ਕੇ ਕੋਈ ਜਾਣਕਾਰੀ ਹੋਵੇ ਜਾਂ ਫਿਰ ਕੋਈ ਨਵੀਆਂ ਅਪਡੇਟਸ ਹੋਣ ਅਤੇ ਇਸੇ ਦੇ ਬਾਰੇ ਅੱਜ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਪ੍ਰੋਵਾਈਡਰਸ ਤੋਂ ਮੌਜੂਦ ਨੇ ਮਨਦੀਪ ਔਲਖ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਮੈਮ ਕੀ ਹਾਲ ਚਾਲ ਨੇ ਬਹੁਤ ਵਧੀਆ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਸਰ ਜੇ ਆਪਾਂ ਪਹਿਲਾਂ ਕੈਨੇਡਾ ਦੇ ਬਾਰੇ ਗੱਲ ਕਰੀਏ ਹੈ ਨਾ ਤਾਂ ਕੈਨੇਡਾ ਟਾਈਮ ਟੂ ਟਾਈਮ ਆਪਣੇ ਰੂਲਸ ਚੇਂਜ ਕਰਦਾ ਰਹਿੰਦਾ ਕਿਉਂਕਿ ਕਾਫੀ ਸਟ੍ਰਿਕਟ ਹੈ ਕੈਨੇਡਾ ਆਪਣੇ ਰੂਲਸ ਨੂੰ ਲੈ ਕੇ ਤੇ ਹਾਲ ਹੀ ਦੇ ਵਿੱਚ 10 ਅਗਸਤ ਨੂੰ ਵੀ ਕਾਫੀ ਜ਼ਿਆਦਾ ਰੂਲਸ ਚੇਂਜ ਹੋਏ ਨੇ ਸੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਹੈ ਇਸ ਚੀਜ਼ ਨੂੰ ਲੈ ਕੇ ਕੋਈ ਕਹਿ ਰਿਹਾ ਕਿ ਸਪਾਊਸ ਨਾਲ ਜਾ ਸਕਦਾ ਕੋਈ ਕਹਿੰਦਾ ਨਹੀਂ ਔਰ ਉਧਰ ਜਿਵੇਂ ਏਜੰਟਸ ਨੇ ਅਲੱਗ ਅਲੱਗ ਉਹ ਵੀ ਆਪਣੀ ਅਲੱਗ ਅਲੱਗ ਰਾਏ ਦੇ ਰਹੇ ਹਰ ਇੱਕ ਚੀਜ਼ ਨੂੰ ਲੈ ਕੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਚੀਜ਼ ਤੇ ਆਪਣੀ ਕਲੈਰਿਟੀ ਜ਼ਰੂਰ ਦਿਓ ਕਿ ਕੀ ਰੂਲਸ ਚੇਂਜ ਹੋਏ ਨੇ ਕਿਸ ਤਰੀਕੇ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ ਹਾਂਜੀ ਮੈਮ ਬਿਲਕੁਲ ਰੂਲਸ ਚੇਂਜ ਹੋਏ ਨੇ 10 ਅਗਸਤ ਨੂੰ ਹੀ ਹੋਏ ਨੇ ਜੀ ਇਸ ਵਿੱਚ ਬਹੁਤ ਮਤਲਬ ਦੇਖਿਆ ਜਾਵੇ ਡਰਨ ਵਾਲੀ ਘਬਰਾਉਣ ਵਾਲੀ ਗੱਲ ਨਹੀਂ ਪੋਜ਼ਿਟਿਵ ਹੀ ਹੋਏ ਨੇ ਰਾਈਟ ਅਤੇ ਦੂਸਰੀ ਗੱਲ ਇਹ ਹੈ ਕਿ ਕੈਨੇਡਾ ਜਿਸ ਤਰ੍ਹਾਂ ਕਿ ਹਰ ਵਾਰੀ ਰਿਜੈਕਸ਼ਨ ਦਾ ਮੋਸਟਲੀ ਰੀਜ਼ਨ ਇੱਕੋ ਹੀ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਉਣਾ ਅਸੀਂ ਤੁਹਾਡੇ ਤੋਂ ਸੈਟਿਸਫਾਈਡ ਨਹੀਂ ਹੋਣਾ ਰਾਈਟ ਅਤੇ ਪਰ ਜੋ ਅੱਜ ਦਾ ਮਾਰਕੀਟ ਦਾ ਸਿਨੈਰੀਓ ਜਾਂ ਜਿਸ ਤਰ੍ਹਾਂ ਕੈਨੇਡਾ ਨੇ ਹੁਣ ਦੱਸਿਆ ਨਵੀਂ ਅਪਡੇਟਸ ਦਿੱਤੀਆਂ ਨੇ ਤਾਂ ਉਸ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਕਿ ਜੇ ਅੱਜ ਨਾ ਕੈਨੇਡਾ ਗਏ ਤਾਂ ਫਿਰ ਕਦੀ ਵੀ ਨਹੀਂ ਆਉਣਾ ਕਿਉਂਕਿ ਕੈਨੇਡਾ ਨੇ ਇਸ ਟਾਈਮ ਇੰਨਾ ਸੋਹਣਾ ਮੌਕਾ ਦਿੱਤਾ ਜਿਹੜੇ ਬੱਚੇ ਬਾਰ ਬਾਰ ਆਇਲਸ ਕਰ ਰਹੇ ਸੀ 6 ਈਚ ਨਹੀਂ ਆ ਰਹੇ ਸੀ ਉਹਨਾਂ ਦੇ 6 ਈਚ ਆਉਣੇ ਸ਼ੁਰੂ ਹੋ ਗਏ ਬਟ ਫਿਰ ਵੀ ਕੋਈ ਹੋਰ ਰੀਜ਼ਨ ਦੇ ਕਰਕੇ ਰਿਫਿਊਜ਼ਲ ਆਉਣ ਲੱਗ ਗਈਆਂ ਬਟ ਹੁਣ ਜੇ ਨਵੇਂ ਅਪਡੇਟਸ ਦੀ ਗੱਲ ਕਰਾਂ ਸਭ ਤੋਂ ਪਹਿਲਾਂ ਤਾਂ ਮੈਂ ਜੋ ਸਪਾਊਸ ਨੂੰ ਲੈ ਕੇ ਜਿਹੜੇ ਨਵੇਂ ਅਪਡੇਟਸ ਸੀਗੇ ਸਭ ਤੋਂ ਪਹਿਲਾਂ ਮੈਂ ਉਹਦੀ ਗੱਲ ਕਰਦਾ ਸਪਾਊਸ ਨੂੰ ਲੈ ਕੇ ਪਹਿਲਾਂ ਸਿਸਟਮ ਸੀਗਾ ਕਿ ਇਕੱਲਾ ਸਟੂਡੈਂਟ ਹੀ ਜਾਂਦਾ ਸੀਗਾ ਔਰ ਉਸ ਤੋਂ ਬਾਅਦ ਜੋ ਉਹਦਾ ਸਪਾਊਸ ਹੈ ਉਹਨੂੰ ਓਪਨ ਵਰਕ ਪਰਮਿਟ ਲੈਣਾ ਪੈਂਦਾ ਸੀਗਾ ਜਿਹਦੇ ਵਿੱਚ ਉਹਨੂੰ ਬਹੁਤ ਮਤਲਬ ਸਮਾਂ ਲੰਬਾ ਵੀ ਲੱਗ ਜਾਂਦਾ ਸੀ ਚਾਹੇ ਪਿੱਛੇ ਜੇ ਤਾਂ ਮਹੀਨੇ ਡੇਢ ਮਹੀਨੇ 'ਚ ਵੀ ਅਪਰੂਵਲ ਆਉਣ ਲੱਗ ਗਈਆਂ ਸੀਗੀਆਂ ਬਟ ਇੱਥੇ ਹੁਣ ਇਹ ਗੱਲ ਕਹਿੰਦੇ ਨੇ ਕਿ ਅਗਰ ਤੁਸੀਂ ਇਹ ਜ਼ਿਆਦਾ ਡਿਟੇਲ ਵਿੱਚ ਅਗਰ ਜਾਣਨਾ ਚਾਹੁੰਦੇ ਹੋ ਤੁਸੀਂ ਤਾਂ ਕੈਨੇਡਾ ਦੀ ਵੈਬਸਾਈਟ ਹੈ canada.ca ਉੱਥੇ ਜਾ ਕੇ ਤੁਸੀਂ ਵੀ ਇਹ ਦੇਖ ਸਕਦੇ ਹੋ ਉੱਥੇ ਲਿਖਿਆ ਉਹ ਕਹਿੰਦੇ ਅਗਰ ਤੁਸੀਂ ਨਾਲ ਸਪਾਊਸ ਅਪਲਾਈ ਕਰਦੇ ਹੋ ਤਾਂ ਤੁਹਾਡੀ ਅਸੀਂ ਫਾਈਲ ਜਲਦੀ ਨਾਲ ਵੀ ਚਲ ਜਾ ਹਾਂ ਰਿਜ਼ਲਟ ਜਲਦੀ ਰਵਾਂਗੇ ਨਾਲ ਜਾ ਸਕਦਾ ਹਾਂ ਅਗਰ ਤੁਸੀਂ ਬਾਅਦ ਦੇ ਵਿੱਚ ਸਪਾਊਸ ਦੀ ਫਾਈਲ ਲਗਾਉਂਦੇ ਹੋ ਫਿਰ ਨਾਰਮਲ ਪ੍ਰੋਸੈਸ ਜੋ ਪਹਿਲਾਂ ਨਾਲ ਚੱਲਦਾ ਜੋ ਪਹਿਲਾਂ ਵਾਲਾ ਚੱਲ ਰਿਹਾ ਉਹੀ ਚੱਲੇਗਾ ਤੇ ਫਿਰ ਹੁਣ ਉਸ ਤੋਂ ਬਾਅਦ ਆਪਾਂ ਨੈਕਸਟ ਪੁਆਇੰਟ ਤੇ ਆਉਂਦੇ ਹਾਂ ਕਿ ਜੋ ILS ਜਾਂ PTO ਲੈ ਕੇ ਹੈ ਨਾ ਜੋ ਅਪਡੇਟ ਸੀਗੇ
ਉਹ ਬੜੇ ਵਧੀਆ ਕਰਤੇ ਆ ਇਹਨਾਂ ਨੇ ਜੋ ਹੁਣ ਨਵੇਂ ਰੂਲਸ ਜਾਂ ਕਹਿ ਲਓ ਕਿ ਨਵੀਆਂ ਅਪਡੇਟਸ ਜਿਹੜੀਆਂ ਦਿੱਤੀਆਂ ਨੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਉਹ ਇਹ ਦਿੱਤੀਆਂ ਨੇ ਕਿ ਜੋ ਐਸ ਡੀ ਐਸ ਦੇ ਅੰਡਰ ਪਹਿਲਾਂ 6 ਈਚ ਬੈਂਡ ਪਲੱਸ 2 ਤੋਂ ਬਾਅਦ ਜ਼ਰੂਰੀ ਸੀਗੇ ਹੁਣ ਉਹ 6 ਓਵਰਆਲ ਕਰਤੇ ਆ ਮਤਲਬ ਤੁਸੀਂ 1 ਚੋਂ 5.5 ਜਾਂ 2 ਚੋਂ 5.5 ਦੇ ਨਾਲ ਵੀ ਆਪਣੀ ਫਾਈਲ ਅਪਲਾਈ ਕਰ ਰਹੇ ਹੋ ਪਲੱਸ ਉਹ ਨਾਲ ਇਹ ਵੀ ਗੱਲ ਕਹਿੰਦੇ ਨੇ ਅਗਰ ਯੂਨੀਵਰਸਿਟੀ ਕਾਲਜ ਤੁਹਾਨੂੰ ਆਫਰ ਲੈਟਰ ਦਿੰਦੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਰਾਈਟ ਫਿਰ ਇਹਨਾਂ ਨੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਜਿਹੜੀ ਜਰਨਲ ਹੈ ਜਰਨਲ ਵੀ ਵਿੱਚ ਲੈ ਲਈ ਹੈ ਅਤੇ ਜਰਨਲ 6 ਈਚ ਡਿਮਾਂਡ ਕੀਤੀ ਹੈ ਆਇਲਸ ਦੇ ਵਿੱਚ ਔਰ ਜੇ ਆਪਣੀ ਅਕੈਡਮਿਕ ਹੈ ਤੁਹਾਡੀ ਆਇਲਸ ਤਾਂ 6 ਓਵਰਆਲ ਡਿਮਾਂਡ ਕੀਤੀ ਹੈ ਫਿਰ ਪੀ ਟੀ 60 ਓਵਰਆਲ ਜਾਣੀ ਕਿ ਪੀ ਟੀ ਵੀ ਮਤਲਬ ਐਸ ਡੀ ਐਸ 'ਚ ਲੈ ਲਈ ਹੈ ਇਹ ਵੀ ਇੱਕ ਵੱਡੀ ਗੱਲ ਹੈ ਪਹਿਲਾਂ ਜੋ ਕਿ ਨਹੀਂ ਸੀ ਐਸ ਡੀ ਐਸ ਦੇ ਵਿੱਚ ਹੁਣ ਪੀ ਟੀ ਨੂੰ ਵੀ ਇਹਨੇ ਇਹਨਾਂ ਨੇ ਉਹਦੇ ਵਿੱਚ ਲੈ ਲਿਆ ਹੈ ਹਾਂਜੀ ਜਿਵੇਂ ਸਰ ਸਟੂਡੈਂਟਸ ਦੀ ਗੱਲ ਕੀਤੀ ਹੈ ਕਿ ਅਗਰ 5.5 ਵੀ ਕਿਸੇ ਦੇ ਵਿੱਚ ਇੱਕ ਮੋਡਿਊਲ ਦੇ ਵਿੱਚ ਉਹਨਾਂ ਦੇ ਰਹਿ ਜਾਂਦੇ ਆ ਤਾਂ ਉਹ ਅਪਲਾਈ ਕਰ ਸਕਦੇ ਇਸ ਚੀਜ਼ ਨੂੰ ਲੈ ਕੇ ਵੀ ਸਟੂਡੈਂਟਸ ਦੇ ਵਿੱਚ ਨਾ ਕਾਫੀ ਜ਼ਿਆਦਾ ਕਨਫਿਊਜ਼ਨ ਹੈਗੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਗਰ ਉਹ ਇਸ ਚੀਜ਼ ਨਾਲ ਅਪਲਾਈ ਕਰਨਗੇ ਤਾਂ ਰਿਸਕ ਹੈ ਫਾਈਲ ਦੇ ਲਈ ਨਹੀਂ ਰਿਸਕ ਨਹੀਂ ਹੈ ਹੁਣ ਇਹ ਚੀਜ਼ ਖਤਮ ਹੋ ਗਈ ਹੈ ਤੁਸੀਂ canada.ca ਉਹਦੀ ਵੈਬਸਾਈਟ ਖੋਲੋ ਉਹਦੇ ਵਿੱਚ ਡਾਇਰੈਕਟ ਸੋਰੀ ਐਸ ਡੀ ਐਸ ਉਹਦੇ ਵਿੱਚ ਜਾਓ ਅਤੇ ਉਹਦੇ ਵਿੱਚ ਜਾ ਕੇ ਦੇਖੋ ਉਹਨਾਂ ਨੇ ਕਲੀਅਰ ਕੱਟ ਲਿਖਿਆ ਕਿ ਸਾਨੂੰ ਆਇਲਸ 6 ਓਵਰਆਲ ਚਾਹੀਦੀ ਹੈ 6 ਓਵਰਆਲ ਕਿੱਦਾਂ ਬਣਦੀ ਹੈ ਅਗਰ 1 ਚੋਂ ਜਾਂ 2 ਚੋਂ ਤੁਹਾਡੇ 5.5 ਹੈ ਤਾਂ ਵੀ ਓਵਰਆਲ ਬਣਦੇ ਆ ਜਿੱਦਾਂ ਕਿ ਪਹਿਲਾਂ ਇਸ ਤਰ੍ਹਾਂ ਓਵਰਆਲ 'ਤੇ ਵੀਜ਼ਾ ਆਉਂਦਾ ਸੀ ਸੇਮ ਉਹ ਸਿਸਟਮ ਦੁਬਾਰਾ ਹੋ ਗਿਆ ਫਿਰ ਇਹਨਾਂ ਦੇ ਨਾਲ ਨਾ ਇਹਨਾਂ ਨੇ ਟੋਫਲ ਵੀ ਐਡ ਕਰ ਲਈ 83 ਓਵਰਆਲ ਟੋਫਲ ਦੇ ਮੰਗੇ ਆ ਸੈਲਪਿਪ ਸੀ ਐਲ ਬੀ ਲੈਵਲ 7 ਚਾਹੀਦਾ ਠੀਕ ਹੈ ਜੀ ਕੇਲ ਇਹਨਾਂ ਨੇ ਨਵਾਂ ਮਤਲਬ ਹੈਗਾ ਮੋਡਿਊਲ ਉਹ ਸਟਾਰਟ ਕਰਿਆ ਉਹਦੇ ਵਿੱਚ ਵੀ ਇਹ 60 ਓਵਰਆਲ ਮੰਗਿਆ ਇਹਨਾਂ ਨੇ ਅਤੇ ਫਰੈਂਚ ਦਾ ਵੀ ਸੀ ਐਲ ਬੀ ਲੈਵਲ 7 ਮੰਗਿਆ ਤਾਂ ਮਤਲਬ ਹੁਣ ਆਪਸ਼ਨਸ ਕਾਫੀ ਹੋ ਗਈਆਂ ਸਟੂਡੈਂਟ ਕੋਲ ਸੋ ਅਗਰ ਇਨਟੇਕ ਦੀ ਅਗਰ ਗੱਲ ਕਰੀਏ ਕਿਹੜਾ ਇਨਟੇਕ ਉਹਨਾਂ ਲਈ ਬੈਟਰ ਹੋਊਗਾ ਜਾਂ ਕੈਨੇਡਾ ਦੇ ਲਈ ਅਗਲਾ ਕਿਹੜਾ ਇਨਟੇਕ ਅੱਗੇ ਆ ਰਿਹਾ ਅਪਕਮਿੰਗ ਇਨਟੇਕ ਦੇਖੋ ਸੈਪਟੰਬਰ ਇਨਟੇਕ ਤਾਂ ਟੋਟਲੀ ਕਲੋਜ਼ ਹੋ ਚੁੱਕਾ ਠੀਕ ਹੈ ਹੁਣ ਆ ਰਿਹਾ ਜਨਵਰੀ ਇਨਟੇਕ ਇਹ ਹੋ ਸਕਦਾ ਕਿ ਵਿੱਚ ਦੀ ਕਿਸੇ ਕਾਲਜ ਦੀਆਂ ਸੀਟਾਂ ਨਾ ਪੂਰੀਆਂ ਹੋਣ ਵੈਸੇ ਇੱਦਾਂ ਹੁੰਦਾ ਨਹੀਂ ਹੈ ਬਟ ਪ੍ਰਾਈਵੇਟ ਕਾਲਜਸ ਦੇ ਵਿੱਚ ਕਈ ਵਾਰੀ ਇੱਦਾਂ ਹੋ ਜਾਂਦਾ ਕਿ ਉਹ ਵਿੱਚ ਦੀ ਉਹਨਾਂ ਦੀ ਕਿਸੇ ਦੀ ਐਡਮਿਸ਼ਨ ਆਪਾਂ ਪਾ ਸਕਦੇ ਹਾਂ ਬਟ ਬੈਟਰ ਹੈ ਕਿ ਤੁਸੀਂ ਹੁਣ ਜਨਵਰੀ ਇਨਟੇਕ ਨੂੰ ਲੈ ਕੇ ਫੋਕਸ ਕਰਕੇ ਚੱਲੋ ਸਟੂਡੈਂਟਸ ਨੂੰ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਨਵਰੀ ਇਨਟੇਕ ਦੇ ਵਾਸਤੇ ਇਹ ਨਾ ਸੋਚਿਓ ਕਿ ਹਜੇ ਬਹੁਤ ਸਮਾਂ ਪਿਆ ਤੁਸੀਂ ਅੱਜ ਤੋਂ ਹੀ ਐਡਮਿਸ਼ਨਸ ਪਾਉਣੀਆਂ ਸ਼ੁਰੂ ਕਰੋ ਕਿਉਂਕਿ ਹਰ ਵਾਰੀ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਰਸ਼ ਬਹੁਤ ਹੁੰਦਾ ਅਤੇ ਜਿਹੜੀਆਂ ਫਾਈਲਾਂ ਨੇ ਉਹ ਆਲਰੇਡੀ 2 ਇਨਟੇਕ 3 ਇਨਟੇਕ ਫੋਰਵਰਡ ਹੀ ਚੱਲ ਰਹੀਆਂ ਹੁੰਦੀਆਂ ਨੇ ਤਾਂ ਤੁਸੀਂ ਵੇਟਿੰਗ ਪੀਰੀਅਡ ਅੱਜ ਵੀ ਤੁਹਾਨੂੰ ਕਈ ਕਾਲਜਾਂ ਦੇ ਵਿੱਚ ਹੋ ਸਕਦਾ ਜਨਵਰੀ ਦੇ ਵਿੱਚ ਵੀ ਵੇਟ ਕਰਨੀ ਪਈ ਔਰ ਰੂਲਸ ਵੀ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਅੱਜ ਕੈਨੇਡਾ ਨੇ ਬਹੁਤ ਸੋਹਣਾ ਮੌਕਾ ਦਿੱਤਾ ਤੇ ਤੁਸੀਂ ਆਪਣੀ ਫਾਈਲ ਕੈਨੇਡਾ 'ਚ ਅਗਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਨਵਰੀ ਇਨਟੇਕ ਵਾਸਤੇ ਵੇਟ ਨਾ ਕਰਿਓ ਅੱਜ ਹੀ ਲਗਾਓ ਔਰ ਸਰ ਕੈਨੇਡਾ ਦੇ ਲਈ ਕੋਈ ਪਾਰਟੀਕੂਲਰ ਇਦਾਂ ਦੇ ਕੋਰਸਸ ਵੀ ਹੈਗੇ ਆ ਕਿ ਜਿਹਦੇ ਲਈ ਲੱਗਦਾ ਹੈ ਕਿ ਚਾਂਸਸ ਵੀਜ਼ਾ ਦੇ ਵੱਧ ਜਾਂਦੇ ਆ ਹਾਂਜੀ ਮੈਂ ਇਹਦੇ ਵਿੱਚ ਇੱਕ ਅਗਰ ਤੁਹਾਡੇ ਕੋਲ ਪਲੱਸ 2 ਤੋਂ ਬਾਅਦ ਗੱਲ ਕਰੀਏ ਮੈਥ ਹੈਗਾ ਹਾਂਜੀ ਠੀਕ ਹੈ ਜੀ ਮੈਥ ਦੇ ਨਾਲ ਤੁਸੀਂ ਪਲੱਸ 2 ਕਰੀਏ ਚਾਹੇ ਉਹ ਕਿਸੇ ਵੀ ਉਹਦੇ ਵਿੱਚ ਹੈਗੀ ਹੈ ਤਾਂ ਤੁਹਾਡੇ ਵੀਜ਼ਾ ਦੇ ਚਾਂਸਿਸ ਹਮੇਸ਼ਾ ਤੋਂ ਜ਼ਿਆਦਾ ਰਹਿਣਗੇ ਹਾਂਜੀ ਇਹ ਗੱਲ ਨਹੀਂ ਹੈ ਕਿ ਮੈਥ ਨਹੀਂ ਹੈ ਤਾਂ ਉਹਦੇ ਵੀਜ਼ਾ ਦੇ ਚਾਂਸਿਸ ਨਹੀਂ ਰਹਿਣੇ ਇਸ ਨੂੰ ਨੈਗੇਟਿਵ ਲੈਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਹਾਡੇ ਕੋਲ ਮੈਥ ਨਹੀਂ ਹੈਗਾ ਤੁਸੀਂ ਆਰਟਸ ਦੇ ਵਿੱਚ ਕਰੀਏ ਤਾਂ ਵੀਜ਼ਾ ਫਿਰ ਵੀ ਲੱਗ ਜਾਏਗਾ ਬਟ ਮੈਥ ਵਾਲੇ ਕੋਰਸਿਸ ਹਮੇਸ਼ਾ ਕੈਨੇਡਾ ਦੇ ਵਿੱਚ ਜ਼ਿਆਦਾ ਦੇਖੋ ਜੋ ਤੁਹਾਡੀ ਜੀ ਆਈ ਸੀ ਹੈ ਜੀ ਆਈ ਸੀ ਸੇਮ ਉਹੀ ਹੈ £10,000 ਔਰ ਫੀਸ ਸਟਰਕਚਰ ਦੀ ਗੱਲ ਕਰਾਂ ਮੈਂ ਫੀਸ ਸਟਰਕਚਰ ਪ੍ਰੋਵਾਈਡਰ ਕੋਲ ਇਹੋ ਜਿਹੇ ਕਾਲਜ ਹੈਗੇ ਆ ਕਿ ਜਿਹੜੇ ਤੁਹਾਨੂੰ ਅਪਰੋਕਸ ਕੋਈ 8-9,000 ਤੋਂ ਸਾਲ ਦੀ ਫੀਸ ਜਿਹੜੀ ਹੈਗੀ ਹੈ ਉੱਥੋਂ ਸਟਾਰਟ ਹੋ ਕੇ ਅੱਗੇ ਅਪ ਟੂ ਜਿੰਨੇ ਵੀ ਤੁਹਾਡੀ ਡਿਮਾਂਡ ਹੈ ਐਜ਼ ਪਰ ਯੂਅਰ ਰਿਕੁਆਇਰਮੈਂਟ ਕਿ ਤੁਸੀਂ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਜਾਂ ਕਾਲਜ 'ਚ ਜਾਣਾ ਉੱਥੋਂ ਤੱਕ ਦੇ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸਿਰਫ 4-5 ਲੱਖ ਰੁਪਏ ਸਾਲ ਦੀ ਫੀਸ ਨਾਲ ਵੀ ਕੈਨੇਡਾ ਦੇ ਵਿੱਚ ਪ੍ਰੋਵਾਈਡਰ ਕੋਲ ਕਾਲਜਿਸ ਹੈਗੇ ਜਿੱਥੇ ਵਿੱਚ ਜਿਹਦੇ ਵਿੱਚ ਤੁਸੀਂ ਆਪਣਾ ਬਜਟ ਬਹੁਤ ਈਜ਼ੀਲੀ ਅਪਰੋਚੇਬਲ ਜਾ ਸਕਦੇ ਹੋ ਔਰ ਹੋਮ ਐਡੀਸ਼ਨ ਪੀਟੀ ਨੂੰ ਲੈ ਕੇ ਕਾਫੀ ਜ਼ਿਆਦਾ ਅਪਡੇਟਸ ਟਾਈਮ ਟੂ ਟਾਈਮ ਜਿਵੇਂ ਆਉਂਦੀ ਹੈ ਤਾਂ ਫਾਈਲ ਲੱਗ ਸਕਦੀ ਹੈ ਕਿ ਨਹੀਂ ਕਿ ਹਾਂਜੀ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਇਹਦੇ ਵਿੱਚ ਨਾ ਇਹਨਾਂ ਨੇ ਹੋਮ ਐਡੀਸ਼ਨ ਪੀਟੀ ਵੀ ਲੈ ਲਈ ਹੈ ਹਾਂਜੀ ਐਸ ਸੀ ਐਸ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੋਮ ਐਡੀਸ਼ਨ ਪੀਟੀ ਦੇ ਵਿੱਚ ਪਹਿਲਾਂ ਰਿਫਿਊਜ਼ਲ ਬਹੁਤ ਆਉਂਦੀਆਂ ਸੀਗੀਆਂ ਹੁਣ ਹੋਮ ਐਡੀਸ਼ਨ ਪੀਟੀ ਦੇ ਵਿੱਚ ਰਿਫਿਊਜ਼ਲ ਬਹੁਤ ਘੱਟ ਆਉਂਦੀਆਂ ਹੁਣ ਤੁਸੀਂ ਦੇਖੋਗੇ ਹੋਮ ਐਡੀਸ਼ਨ ਪੀਟੀ ਵੀ 60 ਡਿਮਾਂਡ ਕੀਤੀ ਹੈ ਇਹਨਾਂ ਨੇ
ਔਰ ਹੋਮ ਐਡੀਸ਼ਨ ਪੀ ਟੀ ਦੇ ਨਾਲ ਤੁਹਾਨੂੰ ਵੀ ਪਤਾ ਕਿ ਜੋ ਨਹੀਂ ਪੀ ਟੀ ਕਰ ਪਾਉਂਦੇ ਉਹ ਆਰਾਮ ਨਾਲ ਘਰ ਬੈਠ ਕੇ ਪੀ ਟੀ ਆਪਣੀ ਈਜ਼ੀਲੀ ਪ੍ਰੈਕਟਿਸ ਕਰਕੇ ਇਗਜ਼ਾਮ ਦੇ ਕੇ ਘਰ ਉਹ ਹੋਮ ਐਡੀਸ਼ਨ ਪੀ ਟੀ ਕਰ ਸਕਦੇ ਆ ਅਤੇ ਉਹ ਵੀ ਕੈਨੇਡਾ ਦੇ ਵਿੱਚ ਫਾਈਲ ਲਗਾ ਸਕਦੇ ਆ। ਓਕੇ, ਕਿੰਨੇ ਚਾਂਸਿਸ ਹੁੰਦੇ ਆ ਸਰ ਉਹਨਾਂ ਦੇ ਵੀਜ਼ਾ ਵਗੈਰਾ? ਹੋਮ ਐਡੀਸ਼ਨ ਪੀ ਟੀ ਨਾਲ ਦੇਖੋ ਵੀਜ਼ਾ ਚਾਂਸਿਸ ਸੇਮ ਹੀ ਹੈ, ਹੈ ਨਾ। ਦੇਖੋ ਇੱਕ ਚੀਜ਼ ਉਹਨਾਂ ਨੇ ਡਿਮਾਂਡ ਕੀਤੀ ਸੀ, ਉਹ ਰਿਕੁਆਇਰਮੈਂਟ ਪੂਰੀ ਕਰਤੀ ਹੈ ਤਾਂ ਸਾਨੂੰ ਵੀਜ਼ਾ ਦੇਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਮੇਨ ਸਕਸੈਸ ਰੇਟ ਸੇਮ ਹੀ ਰਹਿਣਾ। ਔਰ ਪੈਕੇਜ ਵਗੈਰਾ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਕੋਈ ਪੈਕੇਜ ਵਗੈਰਾ ਵੀ ਕੈਨੇਡਾ ਲਈ ਹੈ? ਦੇਖੋ ਪੈਕੇਜ ਸਾਡਾ ਮਤਲਬ ਸ਼ੁਰੂ ਤੋਂ ਹੀ ਇੱਕ ਇਹ ਸਾਡੇ ਵੱਲੋਂ ਸਰਵਿਸ ਰਹੀ ਹੈ ਸਟੂਡੈਂਟਸ ਨੂੰ ਵੀ ਅਗਰ ਤੁਹਾਡੇ ਕੋਲ ਤੁਸੀਂ ਬਾਰ ਬਾਰ ਅਲੱਗ ਅਲੱਗ ਕੰਟਰੀ ਜਾਂ ਕੈਨੇਡਾ ਦੇ ਵਿੱਚ ਪਹਿਲਾਂ ਫਾਈਲ ਅਪਲਾਈ ਕਰਕੇ ਲੋਸ ਖਾ ਚੁੱਕੇ ਹੋ, ਤੁਸੀਂ ਪਹਿਲਾਂ ਪੈਸਾ ਨਹੀਂ ਲਾਉਣਾ ਚਾਹੁੰਦੇ, ਤੁਸੀਂ ਸਾਰਾ ਪੈਸਾ ਬਾਅਦ 'ਚ ਲਾਉਣਾ ਚਾਹੁੰਦੇ ਹੋ। ਜ਼ਿਆਦਾਤਰ ਸਟੂਡੈਂਟਸ ਨਾਲ ਕੀ ਹੁੰਦਾ ਕਿ ਮੰਨ ਲਓ ਉਹਨਾਂ ਨੇ ਪਹਿਲਾਂ ਯੂਕੇ ਦੀ ਫਾਈਲ ਲਾਈ ਜਾਂ ਆਸਟ੍ਰੇਲੀਆ ਦੀ ਫਾਈਲ ਲਾਈ, ਫੰਡਿੰਗ ਦਾ ਖਰਚਾ ਹੋ ਗਿਆ, ਨਹੀਂ ਵੀਜ਼ਾ ਲੱਗਿਆ ਜਾਂ ਰਿਫਿਊਜ਼ ਹੋ ਗਿਆ। ਕਈ ਵਾਰੀ ਰਿਫਿਊਜ਼ ਹੋਣ ਤੋਂ ਬਿਨਾਂ ਵੀ ਕਈ ਵਾਰੀ ਉਹਨਾਂ ਦਾ ਨੁਕਸਾਨ ਹੋ ਜਾਂਦਾ, ਹੈ ਨਾ। ਜਿਵੇਂ ਆਸਟ੍ਰੇਲੀਆ ਦੀ ਫਾਈਲ ਲਾਉਂਦੇ ਆ, ਸੀ ਓ ਈ ਨਹੀਂ ਮਿਲੀ, ਹੈ ਨਾ, ਸੀ ਓ ਈ ਵਾਸਤੇ ਉਦੋਂ ਤੱਕ ਫੰਡਾਂ ਦਾ ਖਰਚਾ ਹੋ ਚੁੱਕਾ ਹੁੰਦਾ, ਦੋ ਦੋ ਢਾਈ ਢਾਈ ਲੱਖ ਰੁਪਏ ਨੋਰਮਲ ਇੱਕ ਵਾਰ ਦੋ ਵਾਰ ਤਿੰਨ ਵਾਰ ਖਰਚਾ ਕਰਵਾ ਚੁੱਕੇ ਆ। ਉਹਨਾਂ ਸਟੂਡੈਂਟਸ ਵਾਸਤੇ ਖਾਸ ਕਰਕੇ ਅਸੀਂ ਪੈਕੇਜ ਫੈਸਿਲਿਟੀ ਦਿੰਦੇ ਹਾਂ। ਅਸੀਂ ਕਹਿੰਦੇ ਤੁਸੀਂ ਸਾਰੇ ਪੈਸੇ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ ਦਿਓ, ਵੀਜ਼ਾ ਲੱਗਣ, ਹਾਂਜੀ, ਡਾਕੂਮੈਂਟਸ ਫਾਰਮੈਲਿਟੀ ਸਾਡੇ ਨਾਲ ਪਹਿਲਾਂ ਕੰਪਲੀਟ ਕਰ ਲਓ, ਉਸ ਤੋਂ ਬਾਅਦ ਜਦੋਂ ਤੁਹਾਡਾ ਵੀਜ਼ਾ ਲੱਗਣਾ ਤੁਸੀਂ ਸਾਨੂੰ ਫੇਰ ਪੈਸੇ ਦਿਓ। ਇਸ ਕਰਕੇ ਪੈਕੇਜ ਸਾਡਾ ਹਰੇਕ ਕੰਟਰੀ ਦੇ ਵਿੱਚ ਅਵੇਲੇਬਲ ਹੈ ਜੀ। ਤਾਂ ਦੋਸਤੋ, ਜਿੱਦਾਂ ਕਿ ਆਪਾਂ ਨੂੰ ਸਰ ਨੇ ਪੈਕੇਜ ਦੇ ਬਾਰੇ ਵੀ ਦੱਸਿਆ ਕਿ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਸਾਰੀ ਫੀਸ ਜੋ ਹੈ ਪੈਸੇ ਇਹਨਾਂ ਨੂੰ ਦੇ ਸਕਦੇ ਹੋ, ਤਾਂ ਹੋਰ ਵੀ ਅਗਰ ਜਾਣਕਾਰੀ ਤੁਹਾਨੂੰ ਕੈਨੇਡਾ ਦੇ ਰਿਲੇਟਡ ਚਾਹੀਦੀ ਹੈ, ਜੋ ਸਾਡੇ ਸਵਾਲਾਂ ਤੋਂ ਹਟ ਕੇ ਕੋਈ ਜਾਣਕਾਰੀ ਅਗਰ ਤੁਸੀਂ ਪਰਸਨਲੀ ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਸਕਰੀਨ 'ਤੇ ਨੰਬਰ ਫਲੈਸ਼ ਹੋ ਰਿਹਾ, ਨੰਬਰ ਨੂੰ ਨੋਟ ਕਰਕੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ ਫਿਰ ਇਹਨਾਂ ਦੇ 70 ਸੈਕਟਰ ਦੇ ਵਿੱਚ ਪ੍ਰੋਵਾਈਡਰਸ ਓਵਰਸੀਜ਼ ਦੇ ਆਫਿਸ ਦੇ ਵਿੱਚ ਜਾ ਕੇ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ। ਅਗਰ ਪਰਸਨਲੀ ਤੁਸੀਂ ਸਰ ਦੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਅਪੁਆਇੰਟਮੈਂਟ ਲੈ ਕੇ ਉੱਥੇ ਵਿਜ਼ਿਟ ਕਰ ਸਕਦੇ ਹੋ, ਜਾ ਸਕਦੇ ਹੋ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ USA ਦੇ ਬਾਰੇ ਸਰ, ਜ਼ਰੂਰੀ ਹੈ। ਹਾਂਜੀ, ਸੋ USA ਨੂੰ ਲੈ ਕੇ ਵੀ ਕਾਫੀ ਜ਼ਿਆਦਾ ਕਨਫਿਊਜ਼ਨਸ ਬਣੀਆਂ ਰਹਿੰਦੀਆਂ ਦਿਮਾਗ ਦੇ ਵਿੱਚ ਕਿ ਉੱਥੇ ਦਾ ਅਪਲਾਈ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ। ਅਗਰ USA ਦੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ ਵੀਜ਼ਾ ਚਾਂਸਿਸ ਹੁੰਦੇ ਔਰ ਕੀ ਰਿਕੁਆਇਰਮੈਂਟਸ ਕੀ ਹੈ ਸਰ ਉੱਥੇ ਦੀਆਂ? ਦੇਖੋ ਮੈਮ, USA ਦੀ ਆਪਾਂ ਗੱਲ ਕਰੀਏ ਨਾ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ USA ਦੀ ਫਾਈਲਿੰਗ ਕਰਨ ਵਾਲੇ ਕੰਸਲਟੈਂਟਸ ਬਹੁਤ ਘੱਟ ਨੇ। ਹਾਂਜੀ, ਠੀਕ ਹੈ, ਸਾਰੇ ਕਹਿੰਦੇ ਆ ਕਿ ਅਸੀਂ USA ਕਰਦੇ ਹਾਂ। ਪਹਿਲੀ ਗੱਲ ਤਾਂ ਉਹਨਾਂ ਕੋਲ ਡਾਇਰੈਕਟ ਯੂਨੀਵਰਸਿਟੀ USA ਦੀਆਂ ਨਹੀਂ ਹੁੰਦੀਆਂ, ਠੀਕ ਹੈ ਜੀ। ਉਹ ਪੋਰਟਲਸ ਦੇ ਥਰੂ ਕੰਮ ਕਰਦੇ ਆ ਮੋਸਟਲੀ, ਜਿੱਦਾਂ ਕਿ ਕਾਫੀ ਸਾਰੇ ਮਾਰਕੀਟ 'ਚ ਪੋਰਟਲ ਹੈ, ਉਹ ਪੋਰਟਲਸ ਦੇ ਵਿੱਚ ਹਰ ਕੰਟਰੀਜ਼ ਦੀ ਕਾਲਜ ਯੂਨੀਵਰਸਿਟੀਜ਼ ਹੁੰਦੇ ਆ, ਹੈ ਨਾ, ਉਹ ਨਹੀਂ ਡਾਇਰੈਕਟ ਅਪਰੋਚ ਕਰ ਪਾਉਂਦੇ ਯੂਨੀਵਰਸਿਟੀ ਨੂੰ। ਪ੍ਰੋਵਾਈਡਰ ਡਾਇਰੈਕਟ ਅਪਰੋਚ ਕਰਦਾ, ਪ੍ਰੋਵਾਈਡਰ ਕੋਲ ਡਾਇਰੈਕਟ ਕੰਟਰੈਕਟ ਹੈਗੇ ਆ। ਦੂਸਰੀ ਗੱਲ, USA ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਾਸ ਗੱਲ ਹੈ ਉਹ ਹੈਗੀ ਹੈ ਸਕੋਲਰਸ਼ਿਪ ਦੀ, ਜਿਹਦੇ ਵਿੱਚ ਅੱਜ ਤੱਕ ਮੈਂ ਨਹੀਂ ਸੁਣਿਆ ਕਿ ਕਿਸੇ ਯੂਨੀਵਰਸਿਟੀ ਕਾਲਜ ਜਿੰਨੀ ਉਹਦੀ ਸਾਲ ਦੀ ਫੀਸ ਹੈ ਉਹਦੇ ਵਿੱਚ ਉਹ 60-70% ਤੱਕ ਸਕੋਲਰਸ਼ਿਪ ਦੇ ਦੇ। ਇਹ ਬਹੁਤ ਵੱਡੀ ਗੱਲ ਹੈ, 60-70% ਤੱਕ ਸਕੋਲਰਸ਼ਿਪ ਮਿਲਦੀ। ਮਤਲਬ ਮੇਰੇ ਕੋਲ ਯੂਨੀਵਰਸਿਟੀਜ਼ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ 100-150 ਸਾਲ ਪੁਰਾਣੀਆਂ ਯੂਨੀਵਰਸਿਟੀਜ਼ ਨੇ, ਜਿਨ੍ਹਾਂ ਦੀ ਫੀਸ 20-20 ਲੱਖ ਬਣਦੀ ਹੈ, ਅਤੇ ਜਦੋਂ ਸਕੋਲਰਸ਼ਿਪ ਤੋਂ ਬਾਅਦ ਉਹ ਸਿਰਫ 7-8 ਲੱਖ ਰੁਪਏ ਰਹਿ ਜਾਂਦੀ ਹੈ। ਇਹ ਬੜੀ ਵੱਡੀ ਗੱਲ ਹੈ ਕਿ ਇੰਨੀ ਘੱਟ ਫੀਸ, ਉਹ ਸਕੋਲਰਸ਼ਿਪ ਮਿਲਦੀ ਕਿਹਨੂੰ ਹੈ? ਸਭ ਤੋਂ ਵੱਡੀ ਗੱਲ ਇਹ ਹੈ, ਸਕੋਲਰਸ਼ਿਪ ਮਿਲਦੀ ਹੈ ਜਿਹੜੇ ਬੱਚਿਆਂ ਨੇ ਆਇਲਸ PT ਕਰਿਆ ਹੋਇਆ, ਗੈਪ ਨਹੀਂ ਹੈਗਾ, ਪਰਸੈਂਟੇਜ ਚੰਗੀ ਹੈ, ਠੀਕ ਹੈ, ਉਹਨਾਂ ਨੂੰ ਸਕੋਲਰਸ਼ਿਪ ਮਿਲਣ ਦੇ ਚਾਂਸਿਸ ਕਾਫੀ ਹੁੰਦੇ ਆ। ਯੂਐਸਏ ਦੀ ਜਿਹੜੀ ਫੀਸ ਹੈ ਉਹ 6 ਮੰਥ ਦੀ ਪੇ ਕਰਕੇ ਤੁਸੀਂ ਜਾ ਸਕਦੇ ਹੋ 6 ਮੰਥ ਦੀ ਫੀਸ ਜਿਹੜੀ ਹੈਗੀ ਹੈ ਉਹ ਨੋਰਮਲੀ 5-6 ਲੱਖ ਰੁਪਏ ਤੋਂ ਲੈ ਕੇ 10-12-14 ਲੱਖ ਰੁਪਏ ਤੱਕ ਜਾਂਦੀ ਹੈ। ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਰਹੇ ਹੋ, ਕਿੰਨੀ ਕੁ ਨਾਮੀ ਹੈ, ਪ੍ਰਾਈਵੇਟ ਹੈ, ਗਵਰਨਮੈਂਟ ਹੈ, ਹੈ ਨਾ, ਉਸ 'ਤੇ ਕਰਕੇ ਡਿਪੈਂਡ ਕਰਦਾ ਕਿ ਤੁਹਾਡਾ ਫੀਸ ਸਟਰਕਚਰ ਕਿੰਨਾ। ਔਨ ਐਵਰੇਜ ਅਗਰ ਮੈਂ ਗੱਲ ਕਰਾਂ ਤਾਂ 5-7 ਲੱਖ ਰੁਪਇਆ ਜਾਂ 8 ਲੱਖ ਰੁਪਇਆ 6 ਮੰਥ ਦੀ ਫੀਸ ਨਾਲ ਨੋਰਮਲੀ ਜਾਂਦੇ ਆ। ਹਾਂਜੀ, ਔਰ ਫੀਸ ਤੋਂ ਬਿਨਾਂ ਅਗਰ ਸਰ ਆਪਾਂ ਫੰਡਸ ਦੀ ਗੱਲ ਕਰੀਏ, ਫੰਡਸ ਦੇ ਬਾਰੇ ਅਲੱਗ ਅਲੱਗ ਰਾਏ ਹੁੰਦੀ ਹੈ ਸਭ ਦੀ, ਅਗਰ ਅਲੱਗ ਅਲੱਗ ਏਜੰਟ ਹੈ ਉਹ ਆਪਣੇ ਤਰੀਕੇ ਦੇ ਨਾਲ ਦੱਸਦੇ, ਤਾਂ ਫੰਡਸ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੀ ਕਲੈਰਿਟੀ ਇਸ 'ਤੇ ਹੈਗੀ ਹੈ ਕਿ ਕਿੰਨੇ ਕੁ ਫੰਡਸ
ਹੁੰਦੇ ਆ ਸ਼ੋਅ ਕਰਨਾ। ਹਾਂਜੀ, ਫੰਡਸ ਨੂੰ ਲੈ ਕੇ ਮੈਮ ਮਾਰਕੀਟ ਦੇ ਵਿੱਚ ਨਾ ਬੜਾ ਜੋ ਦੇਖਣ ਨੂੰ ਮਿਲਦਾ ਹੈ ਕਿ ਕਾਫੀ ਸਾਰੇ ਕੰਸਲਟੈਂਟਸ ਨੂੰ ਪਤਾ ਨਹੀਂ ਹੈ ਫੰਡਸ ਕਿੱਦਾਂ ਰਿਕੁਆਇਰ ਹੈ ਨਾ। ਪਹਿਲੀ ਗੱਲ ਤਾਂ ਫੰਡਸ ਦੀ ਗੱਲ ਕਰਾਂ, ਫੰਡਸ ਸਾਨੂੰ ਪੇਰੈਂਟਸ ਦੇ ਅਕਾਊਂਟਸ ਦੇ ਵਿੱਚ ਜਾਂ ਤਾਇਆ ਚਾਚਾ ਮਾਮਾ ਮਾਸੀ ਕਿਸੇ ਦੇ ਅਕਾਊਂਟ 'ਚ ਵੀ ਦਿਖਾਏ ਜਾ ਸਕਦੇ ਆ, ਇਹ ਸੇਵਿੰਗ 'ਚ ਵੀ ਦਿਖਾਏ ਜਾ ਸਕਦੇ ਆ, ਅਤੇ ਇਹ ਲੋਨ ਵੀ ਦਿਖਾਇਆ ਜਾ ਸਕਦਾ ਜਾਂ ਐਫ ਡੀ ਵੀ ਦਿਖਾਈ ਜਾ ਸਕਦੀ ਹੈ। ਇਹ ਵੋਲੀਅਮ ਕਿੰਨੀ ਹੋਣੀ ਚਾਹੀਦੀ ਹੈ? ਵੋਲੀਅਮ ਅਪਰੋਕਸ ਇਹਦੀ ਜਿਹੜੀ ਹੈਗੀ ਆ 28 to 32 lakh ਰੁਪਏ ਦੇ ਵਿੱਚ ਆਫਟਰ ਪਲੱਸ ਟੂ ਲੋਡ ਪੈਂਦੀ ਹੈ ਫੰਡਸ ਦੀ। ਯੈਸ, ਔਰ ਇੱਕ ਦਿਨ ਪੁਰਾਣੇ ਵੀ ਹੋ ਸਕਦੇ ਆ। ਔਰ ਇੱਥੇ ਜ਼ਿਆਦਾਤਰ ਕੰਸਲਟੈਂਟ ਕੀ ਕਰਦਾ, ਗਲਤੀ ਕੀ ਕਰ ਦਿੰਦਾ, ਉਹ ਗਲਤੀ ਕੀ ਕਰਦੇ ਕਿ ਅੱਜ ਜਦੋਂ I-20 ਮੰਗਵਾਉਣੀ ਹੈ ਉਦੋਂ ਫੰਡਸ ਦੀ ਲੋੜ ਹੁੰਦੀ ਹੈ, I-20 ਮੰਗਵਾਉਣ ਵੇਲੇ ਫੰਡਸ ਕੁਛ ਹੋਰ ਲਾਉਂਦੇ ਆ, ਜਦੋਂ ਇਹਨਾਂ ਨੇ ਅੰਬੈਸੀ ਦੇ ਵਿੱਚ ਜਦੋਂ ਇੰਟਰਵਿਊ ਦੇਣ ਜਾਣੀ ਹੈ ਤਾਂ ਉਸ ਟਾਈਮ ਫੰਡਸ ਕੁਛ ਹੋਰ ਦੇ ਕੇ ਭੇਜ। ਯੈਸ, ਇਹ ਬੜੀ ਪ੍ਰੋਬਲਮ ਆਉਂਦੀ ਹੈ ਜੇ ਇਨ ਕੇਸ ਵੀਜ਼ਾ ਆਫੀਸਰ ਉਸ ਚੀਜ਼ ਨੂੰ ਦੇਖ ਲਏ ਤਾਂ ਸਿੱਧੀ ਸਿੱਧੀ ਰਿਫਿਊਜ਼ਲ ਹੈ। ਹਾਲਾਂਕਿ ਦੇਖੋ 1.5 minutes ਦੀ ਸਿਰਫ ਰਿਕੁਆਇਰਮੈਂਟ ਹੁੰਦੀ ਹੈ, 1.5 ਇੰਟਰਵਿਊ ਹੁੰਦੀ ਹੈ, 1.5 minutes ਦੇ ਵਿੱਚ ਵੀਜ਼ਾ ਆਫੀਸਰ ਨੇ ਤੁਹਾਨੂੰ ਵੀਜ਼ਾ ਦੇਣਾ ਜਾਂ ਰਿਫਿਊਜ਼ ਕਰਨਾ, ਡਿਸੀਜ਼ਨ ਲੈ ਲੈਣਾ, ਅਤੇ 1.5 minutes ਦੇ ਵਿੱਚ ਤੁਹਾਨੂੰ ਕੀ ਕੁਛ ਪੁੱਛ ਸਕਦਾ। ਜ਼ਿਆਦਾਤਰ ਉਹਦੇ ਜਿਹੜੇ ਕੁਐਸਚਨਸ ਹੁੰਦੇ ਆ ਤੁਹਾਡੀ ਪ੍ਰੀਵੀਅਸ ਸਟੱਡੀ ਜਾਂ ਜਿਹੜੀ ਤੁਸੀਂ ਸਟੱਡੀ ਕਰਨ ਜਾ ਰਹੇ ਹੋ ਉਹਦੇ ਬਾਰੇ, ਕਿ ਕੌਣ ਤੁਹਾਨੂੰ ਸਪੋਂਸਰ ਕਰ ਰਿਹਾ, ਇਹ 2-3 ਚੀਜ਼ਾਂ ਨੂੰ ਲੈ ਕੇ ਜ਼ਿਆਦਾਤਰ ਹੁੰਦੇ ਆ। ਇਸ ਤੋਂ ਜ਼ਿਆਦਾ ਕਦੀ ਵੀ ਕੋਈ ਹੁੰਦਾ 3-4 minutes ਦੀ ਕੋਈ ਇੰਟਰਵਿਊ ਜਾਵੇ, ਨਹੀਂ ਅਦਰਵਾਈਜ਼ ਇੰਟਰਵਿਊ 1.5-2 minutes ਦੇ ਵਿੱਚ ਖਤਮ ਹੋ ਜਾਂਦੀ ਹੈ। ਸੋ ਅਗਰ ਫੰਡਸ ਤੋਂ ਬਾਅਦ ਸਰ ਆਪਾਂ ਐਲੀਜੀਬਿਲਟੀ ਕ੍ਰਾਈਟੀਰੀਆ ਦੀ ਗੱਲ ਕਰੀਏ, ਹਰ ਇੱਕ ਕੰਟਰੀ ਦਾ ਆਪਣਾ ਆਪਣਾ ਹੈ ਨਾ ਹੁੰਦਾ ਕ੍ਰਾਈਟੀਰੀਆ ਐਲੀਜੀਬਿਲਟੀ। ਸੋ ਯੂ ਐਸ ਏ ਦੀ ਗੱਲ ਕਰੀਏ ਤਾਂ ਕੀ ਇਹਨਾਂ ਦਾ ਹੈਗਾ? ਯੂ ਐਸ ਏ ਦੇ ਵਿੱਚ ਐਲੀਜੀਬਿਲਟੀ ਮੈਮ ਤਕਰੀਬਨ ਆਲਮੋਸਟ ਗ੍ਰੈਜੂਏਸ਼ਨ ਜਾਂ ਪਲੱਸ ਟੂ ਵਾਲੇ ਸਾਰੇ ਕੈਂਡੀਡੇਟ ਫਿੱਟ ਹੋ ਜਾਂਦੇ ਆ। ਹਾਂਜੀ, ਅਗਰ ਪਲੱਸ ਟੂ ਤੋਂ ਬਾਅਦ ਤੁਸੀਂ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਸੀਂ 1-2 years ਦੇ ਗੈਪ ਦੇ ਨਾਲ ਜਾ ਸਕਦੇ ਹੋ, ਪਰਸੈਂਟੇਜ ਤੁਹਾਡੀ 60 ਦੇ ਜਾਂ 50 ਦੇ ਵਿੱਚ ਹੋਣੀ ਚਾਹੀਦੀ ਹੈ। ਅਗਰ ਤੁਸੀਂ 5.5 ਬੈਂਡ ਆ ਫਿਰ ਤੁਸੀਂ 3-4 years ਦਾ ਗੈਪ ਲੈ ਕੇ ਜਾ ਸਕਦੇ ਹੋ, 50% ਓਵਰਆਲ ਦੇ ਨਾਲ ਅਪਲਾਈ ਕਰ ਸਕਦੇ ਹੋ। I-20 15-20 days ਦੇ ਵਿੱਚ ਤਕਰੀਬਨ ਤੁਹਾਨੂੰ I-20 ਮਿਲ ਜੂਗੀ। ਹਾਂਜੀ, ਅਗਰ ਤੁਸੀਂ ਗ੍ਰੈਜੂਏਟ ਹੋ ਤੁਹਾਡੇ 6 bands ਹੈ ਓਵਰਆਲ, ਰਾਈਟ, ਅਤੇ ਤੁਸੀਂ ਅਪਲਾਈ ਕਰ ਸਕਦੇ ਹੋ। ਗੈਪ ਥੋੜ੍ਹਾ ਚਾਹੇ 5-7-10 years ਦਾ ਕਿਉਂ ਨਾ ਹੋਵੇ, ਗੈਪ ਅਕਸੈਪਟੇਬਲ ਹੈ। ਅਗਰ ਤੁਸੀਂ ਗ੍ਰੈਜੂਏਸ਼ਨ ਤੋਂ ਬਾਅਦ ਕਰਨਾ ਤਾਂ ਉਹਦੇ ਲਈ ਤੁਸੀਂ ਕੋਸ਼ਿਸ਼ ਕਰੋ ਕਿ ਆਇਲਸ ਪੀ ਟੀ ਕੀਤੀ ਹੋਣੀ ਚਾਹੀਦੀ ਹੈ। ਵਿਦਆਊਟ ਆਇਲਸ ਪੀ ਟੀ ਗ੍ਰੈਜੂਏਸ਼ਨ ਤੋਂ ਬਾਅਦ ਕਰਨ ਦਾ ਮਤਲਬ ਥੋੜ੍ਹੀ ਥੋੜ੍ਹੀ ਹੋ ਸਕਦਾ I-20 ਲੇਟ ਆਵੇ ਜਾਂ ਵੀਜ਼ਾ 'ਤੇ ਵੀ ਅਸਰ ਪੈਂਦਾ, ਕਿਉਂਕਿ ਯੂ ਐਸ ਏ ਦਾ ਜਿਹੜਾ ਵੀਜ਼ਾ ਹੈ ਨਾ ਉਹ ਯੂ ਐਸ ਏ ਦਾ ਵੀਜ਼ਾ ਇੱਕ ਤਾਂ ਯੂਨੀਵਰਸਿਟੀ ਦੇ ਨਾਮ ਨੂੰ, ਠੀਕ ਹੈ, ਪਲੱਸ ਤੁਹਾਡੀ ਆਪਣੀ 1.5 minutes ਦੀ ਇੰਟਰਵਿਊ ਜਿਹੜੀ ਉਹਦੇ ਉੱਤੇ ਹੀ ਆਉਂਦਾ। ਰਿਜੈਕਸ਼ਨਸ ਦੇ ਕਿੰਨੇ ਚਾਂਸਸ ਹੁੰਦੇ ਆ? ਯੂ ਐਸ ਏ ਦਾ ਰਿਜੈਕਸ਼ਨ ਤਕਰੀਬਨ ਕਾਫੀ ਹੁੰਦਾ ਹੈ ਨਾ, ਮੈਂ ਮੰਨ ਕੇ ਚੱਲਾਂ। ਬਟ ਜੋ ਬਾਈਡਨ ਸਰਕਾਰ ਨੇ ਇਸ ਵਾਰੀ ਜੋ ਟਾਰਗੇਟ ਲੈ ਕੇ ਚੱਲ ਰਹੇ ਆ 2023 ਦੀ ਗੱਲ ਕਰਾਂ ਤਾਂ ਤਕਰੀਬਨ ਇਹਨਾਂ ਨੇ 10 lakh ਸਟੂਡੈਂਟਸ ਇੰਡੀਆ ਤੋਂ ਬੁਲਾਉਣ ਦਾ ਇਹਨਾਂ ਦਾ ਟਾਰਗੇਟ ਹੈਗਾ। ਬਹੁਤ ਅੱਛਾ ਟਾਰਗੇਟ ਹੈ, ਪਹਿਲੀ ਵਾਰੀ ਇੰਨਾ ਵੱਡਾ ਟਾਰਗੇਟ ਲੈ ਕੇ ਚੱਲ ਰਹੇ ਹੈ ਅਤੇ ਨੰਬਰਸ ਵੀ ਕਾਫੀ ਅੱਛੇ ਨਿਕਲ ਰਹੇ। ਜ਼ਿਆਦਾਤਰ ਯੂ ਐਸ ਏ ਦਾ ਜੋ ਵੀਜ਼ਾ ਸਟੂਡੈਂਟ ਵੀਜ਼ਾ ਨਾ ਉਹ ਸਾਊਥ ਸਾਈਡ ਤੋਂ ਨਿਕਲਦਾ, ਨੌਰਥ ਸਾਈਡ ਤੋਂ ਬਹੁਤ ਘੱਟ ਨਿਕਲਦਾ। ਬਟ ਪਹਿਲਾਂ ਨਾਲੋਂ ਹੁਣ ਨੌਰਥ ਸਾਈਡ ਦਾ ਸਕਸੈਸ ਰੇਟ ਕਾਫੀ ਅੱਛਾ ਹੋਇਆ। ਅਗਰ ਮੈਂ ਗੱਲ ਕਰਾਂ ਕਿ ਪੰਜਾਬ ਦੀ ਸਿਰਫ ਗੱਲ ਕਰਾਂ ਜਾਂ ਹਰਿਆਣੇ ਦੀ ਗੱਲ ਕਰਾਂ ਤਾਂ ਪਹਿਲਾਂ ਯੂ ਐਸ ਏ ਦੇ ਵੀਜ਼ੇ ਇੰਨੇ ਨਹੀਂ ਆਉਂਦੇ ਸੀ ਜਿੰਨੇ ਹੁਣ ਆਉਂਦੇ ਆ। ਮਤਲਬ ਵੀਜ਼ਾ ਚਾਂਸਸ ਹੈਗੇ ਆ ਜ਼ਿਆਦਾ ਹੈ? ਬਿਲਕੁਲ ਹੈਗੇ। ਉਹਦਾ ਕਾਰਨ ਕੀ ਹੋਇਆ, ਇੱਕ ਤਾਂ ਬੱਚਿਆਂ ਨੇ ਆਇਲਸ ਪੀ ਟੀ ਕਰਨਾ ਸ਼ੁਰੂ ਕਰਤਾ। ਪਹਿਲਾਂ ਯੂ ਐਸ ਏ ਦੀ ਜੇ ਉਹਨਾਂ ਨੇ ਫਾਈਲ ਲਗਾਉਣੀ ਹੁੰਦੀ ਸੀ ਤਾਂ ਮਿਹਨਤ ਨਹੀਂ ਕਰਦੇ ਸੀ, ਅੱਜ ਕੱਲ੍ਹ ਇੰਟਰਵਿਊ ਪ੍ਰੈਪਰੇਸ਼ਨ ਵਾਸਤੇ ਵੀ ਮਿਹਨਤ ਕਰਨ ਲੱਗ ਗਏ ਆ। ਫਿਰ ਥੋੜ੍ਹਾ ਜਿਹਾ ਯੂ ਐਸ ਏ ਗੌਰਮੈਂਟ ਵੀ ਲੀਨੀਅੰਟ ਹੋਈ ਆ, ਉਹ ਵੀ ਨੌਰਥ ਇੰਡੀਅਨਸ ਨੂੰ ਵੀਜ਼ਾ ਦੇਣ ਲੱਗ ਗਈ। ਬਿਲਕੁਲ। ਸੋ ਜਿਵੇਂ ਕੈਨੇਡਾ ਦੇ ਲਈ ਤੁਸੀਂ ਪੈਕੇਜ ਦੀ ਗੱਲ ਕੀਤੀ ਸੀ ਤਾਂ ਯੂ ਐਸ ਏ ਦੇ ਲਈ ਕੋਈ ਪੈਕੇਜ ਵਗੈਰਾ ਤੁਹਾਡੇ ਕੋਲ ਹੈ? ਬਿਲਕੁਲ ਮੈਮ, ਯੂ ਐਸ ਏ ਦੇ ਵਿੱਚ ਅਸੀਂ ਪੈਕੇਜ ਦਿੰਦੇ ਹਾਂ। ਯੂ ਐਸ ਏ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਿਰਫ ਅਤੇ ਸਿਰਫ ਸਾਨੂੰ ਸਰਵਿਸ ਫੀਸ ਔਰ DS-160 ਤੁਹਾਡੀ ਅੰਬੈਸੀ ਫੀਸ ਇਹ 2 things ਪੇ ਕਰਨੀਆਂ ਨੇ, ਬਾਕੀ ਸਾਰੇ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਪੇ ਕਰਨੇ ਆ। ਫੀਸ ਇਹਨਾਂ ਦੀ ਯੂ ਐਸ ਏ ਦੀ ਜਾਂਦੀ ਵੈਸੇ ਵੀਜ਼ਾ ਲੱਗਣ ਤੋਂ ਬਾਅਦ ਹੈ, ਬਾਕੀ ਜਿਵੇਂ ਹੋਰ ਐਕਸਪੈਂਸ ਹੈਗੇ ਆ ਉਹ ਵੀ ਤੁਸੀਂ ਬਾਅਦ 'ਚ ਹੀ ਪੇ ਕਰਨੇ ਆ। ਯੂ ਐਸ ਏ ਦੇ ਵਿੱਚ ਪੈਕੇਜ ਕਰਨ ਵਾਲੇ ਮਤਲਬ ਬਹੁਤ ਘੱਟ ਕੰਸਲਟੈਂਟਸ ਹੈਗੇ ਆ। ਕਾਰਨ ਇਹ ਹੈ ਕਿ ਮੈਕਸੀਮਮ ਖਰਚਾ ਪਹਿਲਾਂ ਹੀ ਹੋ ਜਾਂਦਾ, ਬਾਅਦ ਦੇ ਵਿੱਚ ਤਾਂ ਇਕੱਲੀ ਫੀਸ ਹੀ ਜਾਂਦੀ ਆ, ਉਹ ਯੂਨੀਵਰਸਿਟੀ ਬਾਅਦ 'ਚ ਹੀ ਲੈਂਦੀ ਆ, ਪੋਕਿਟ 'ਚੋਂ ਨਹੀਂ ਜਾਂਦੀ। ਤਾਂ ਇਸ ਕਰਕੇ ਪਹਿਲਾਂ ਤੋਂ ਹੀ 2-3 lakh ਰੁਪਇਆ ਇੱਦਾਂ ਲੈ ਲਿੱਤਾ ਜਾਂਦਾ ਸਟੂਡੈਂਟਸ ਤੋਂ, ਅਤੇ ਕਹਿ ਦਿੰਦੇ ਜੀ ਪੈਕੇਜ ਹੈ ਅਤੇ ਅਸੀਂ ਤੁਹਾਡੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਫੀਸ ਲਵਾਂਗੇ। ਬਟ ਹੁਣ ਇਹ ਸਾਰੇ ਅਵੇਅਰ ਹੋ ਚੁੱਕੇ ਆ, ਪਤਾ ਯੂ ਐਸ ਏ ਦੀ ਫੀਸ ਜਾਣੀ ਹੀ ਬਾਅਦ 'ਚ ਜੀ। ਤਾਂ ਇਸ ਕਰਕੇ ਪੈਕੇਜ ਸਾਡੇ ਕੋਲ ਹੈ, ਅਸੀਂ ਤੁਹਾਡੇ ਤੋਂ ਪਹਿਲਾਂ ਵੀ ਕੁਛ ਨਹੀਂ ਲੈਣਾ, ਅਸੀਂ ਤੁਹਾਡੇ ਤੋਂ ਵੀਜ਼ਾ ਲੱਗਣ ਤੋਂ ਬਾਅਦ ਹੀ ਜੋ ਲੈਣਾ।
ਸੋ ਇਹ ਸੀ ਆਪਣੇ ਨਾਲ ਪ੍ਰੋਵਾਈਡਰਸ ਤੋਂ ਮਨਦੀਪ ਔਲਖ ਜੀ, ਜਿਨ੍ਹਾਂ ਨੇ ਵੀਜ਼ਾ ਦੇ ਰਿਲੇਟਡ ਸਾਰੀ ਅਹਿਮ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਹੈ, ਜੋ ਤੁਹਾਡੇ ਲਈ ਉਮੀਦ ਕਰਦੇ ਹਾਂ ਕਿ ਬੈਨੀਫਿਸ਼ੀਅਲ ਸਾਬਤ ਹੋਊਗੀ। ਅਗਲੀ ਵਾਰ ਫਿਰ ਤੋਂ ਹੋਰ ਅਪਡੇਟਸ ਦੇ ਨਾਲ ਜਾਂ ਕੀ ਚੇਂਜਸ ਅੱਗੇ ਹੁੰਦੀਆਂ ਰਹਿੰਦੀਆਂ ਨੇ ਹਰ ਇੱਕ ਜਾਣਕਾਰੀ ਲੈ ਕੇ ਤੁਹਾਡੇ ਤੱਕ ਆਵਾਂਗੇ। ਤਦ ਤੱਕ ਲਈ ਦੇਖਦੇ ਰਹੋ ਸਾਡਾ ਇਹ ਪ੍ਰੋਗਰਾਮ। ਧੰਨਵਾਦ।